ਅਸੀਂ ਯਤਨ ਕਰ ਸਕਦੇ ਹਾਂ, ਲੇਕਿਨ ਰਹਿਮਤ ਤੇਰੀ ਬਖਸ਼ਿਸ਼ ਦੇ ਨਾਲ ਜਿਹੜਾ ਇਹ ਦਾਤ ਪ੍ਰਾਪਤ ਹੋਣੀ ਹੈ ਉਹਦੇ ਲਈ ਫਿਰ ਕਹਿੰਦੇ ਕਰੋ ਬੇਨੰਤੀ ਮਾਨ ਤਿਆਗੋ। ਇਹ ਸ਼ਬਦ ਗੁਰਬਾਣੀ ਵਿੱਚ ਤ੍ਰੈ ਚਾਰ ਰੂਪਾਂ ਵਿੱਚ ਆਉਣਾ ਆ। ਬੇਨੰਤੀ ਵੀ ਆਏਗਾ, ਸ਼ਬਦ ਬੇਨਤੀ ਵੀ ਆਉਂਦਾ ਗੁਰਬਾਣੀ 'ਚ। ਇੱਥੇ ਬੱਬੇ ਨੂੰ ਸਿਹਾਰੀ ਲੱਗ ਕੇ ਬੇਨੰਤੀ ਆਇਆ, ਅਤੇ ਆਪਾਂ ਕਈ ਵਾਰੀ ਬੇਨੰਤੀ ਸ਼ਬਦ ਜਿਹੜਾ ਉਹਨੂੰ ਵੀ ਬੇਨਤੀ ਪੜ੍ਹਦੇ ਨੇ। ਉਹਦਾ ਕਾਰਨ ਕੀ ਹੈ? ਕਿਉਂਕਿ ਸਾਡੇ ਵਾਸਤੇ ਕੋਈ ਰੂਲ ਨਹੀਂ, ਤਰੀਕਾ ਨਹੀਂ। ਅਸੀਂ ਖਾਸ ਕਰਕੇ ਕੈਸਟਾਂ ਇਤਿਆਦਿਕ ਜਿਹੜੀਆਂ ਸੁਣਦੇ ਹਨ ਉਹ, ਹੁਣ ਅਸੀਂ ਕਹਿੰਦੇ ਜੀ ਕੈਸਟ ਚਾਹੀਦਾ, ਮਤ ਜ਼ਰੂਰੀ ਨਹੀਂ ਆ ਵੀ ਜਿਹੜਾ ਕੈਸਟ 'ਚ ਕਿਸੇ ਨੇ ਗਾ ਦਿੱਤਾ ਵੀ ਉਹਨੇ ਗੁਰਬਾਣੀ ਨੂੰ ਸ਼ੋਧੀ ਪੜ੍ਹਿਆ ਹੋਵੇ, ਇਹ ਜ਼ਰੂਰੀ ਨਹੀਂ ਹੈ। ਸਾਨੂੰ ਥੋੜ੍ਹਾ ਜਿਹਾ ਧਿਆਨ ਦੇਣ ਦੀ ਲੋੜ ਹੁੰਦੀ। ਬੇਨੰਤੀ, ਨੰਨੇ ਉੱਪਰ ਟਿੱਪੀ ਲੱਗ ਕੇ ਜਦੋਂ ਇਹ ਬੇਨੰਤੀ ਹੈ, ਨੰਨੇ ਉੱਤੇ ਟਿੱਪੀ ਨਹੀਂ ਉਦੋਂ ਬੇਨਤੀ ਸ਼ਬਦ ਵੀ ਆਏਗਾ। ਇੱਥੇ ਸਿਹਾਰੀ ਲੱਗ ਕੇ ਕਰੋ ਬੇਨੰਤੀ ਮਾਨ ਤਿਆਗੋ। ਹੁਣ ਦੋ ਚੀਜ਼ਾਂ ਆਈਆਂ, ਬਈ ਇੱਕ ਤਾਂ ਮੈਂ ਅਰਜ਼ੋਈ ਕਰਦਾ ਬੇਨਤੀ ਕਰਦਾ, ਔਰ ਨਾਲ ਦੀ ਨਾਲ ਦੂਸਰੀ ਬਾਤ ਆਈ ਮਾਨ ਤਿਆਗ ਕੇ। ਮਾਣ ਅਤੇ ਨਾਮ, ਵੇਖੋ ਜਿੱਥੇ ਮਾਣ ਆ ਉੱਥੇ ਨਾਮ ਨਹੀਂ ਟਿਕਣਾ, ਅਤੇ ਜਿੱਥੇ ਨਾਮ ਆ ਗਿਆ ਉੱਥੇ ਮਾਨ ਨਹੀਂ ਹੋ ਸਕਦਾ ਦੋਨੇ ਚੀਜ਼ਾਂ ਦੇ ਵਿੱਚ, ਕਿਉਂਕਿ ਮਹਾਰਾਜ ਕਹਿੰਦੇ ਹਉਮੈ ਨਾਵੈ ਨਾਲ ਵਿਰੋਧ ਹੈ। ਇਹ ਦੋਨੇ ਵਿਪਰੀਤ ਹੈ ਇੱਕ ਦੂਸਰੇ ਦੇ। ਤੁਸੀਂ ਜੇ ਆਖੋ ਨਹੀਂ, ਆਪਾਂ ਆਖੇ ਨਹੀਂ ਜੀ ਉਹ ਬੰਦਗੀ ਵਾਲੇ ਤਾਂ ਬੜੇ ਆ ਪਰ ਅਭਿਮਾਨੀ ਨਹੀਂ। ਇਹ ਤਾਂ ਇਹ ਪਤਾ ਕਿਵੇਂ ਦਾ ਸ਼ਬਦ ਹੋਏਗਾ? ਕੀਤੀ ਉਹਨੇ ਬੇਈਮਾਨੀ ਆ ਪਰ ਬੰਦਾ ਬੜਾ ਇਮਾਨਦਾਰ ਹੈ। ਬਈ ਇਹ ਕੈਸੀ ਗੱਲ ਹੋਈ? ਕਹਿੰਦੇ ਜੀ ਬੰਦਾ ਬੜਾ ਸੱਚਾ ਪਰ ਬੋਲਿਆ ਉਹਨੇ ਝੂਠ ਹੈ। ਨਹੀਂ ਜੀ ਉਹ ਇਨਸਾਨ ਤਾਂ ਸਹੀ ਹੈ ਪਰ ਕੀਤੀ ਉਹਨੇ ਚੋਰੀ ਹੈ। ਨਹੀਂ, ਇਵੇਂ ਨਹੀਂ ਹੋ ਸਕਦਾ। ਇਸੇ ਕਰਕੇ ਅਭਿਮਾਨੀ, ਅਹੰਕਾਰੀ ਅਤੇ ਨਿਰੰਕਾਰੀ ਦੋ ਇਕੱਠੇ ਨਹੀਂ ਹੋ ਸਕਦੇ। ਜੇ ਨਿਰੰਕਾਰ ਪ੍ਰਗਟ ਹੋ ਗਿਆ, ਭਗਤ ਜੀ ਨੇ ਤਾਂ ਹੀ ਆਖਿਆ ਜਬ ਹਮ ਹੋਤੇ ਤਬ, ਜਦੋਂ ਮੈਂ ਹੰਕਾਰ ਮੈਂ ਕੁਛ ਹਾਂ ਖਲੋਤਾ ਸੀ ਉਦੋਂ ਤੁਸੀਂ ਨਹੀਂ ਸੋ, ਅਬ ਤੂੰ ਹੀ ਅਜੋਂ ਜਦੋਂ ਦੇ ਤੁਸੀਂ ਆਏ ਹੋ ਆਪਾਂ ਤਾਂ ਮਿਟ ਹੀ ਗਏ ਹਾਂ, ਖਤਮ ਹੋ ਗਏ ਹਾਂ। ਹੁਣ ਕਹਿੰਦੇ ਕੋਈ ਪੁੱਛਦਾ ਵੀ ਹੈ ਤੇ ਸਾਡੀ ਕਹਾਣੀ ਆਪਣੀ ਖਤਮ ਹੋ ਚੁੱਕੀ ਹੈ, ਮੈਂ ਨਹੀਂ ਵਿੱਚ ਰਹਿ ਗਿਆ, ਹੁਣ ਤਾਂ ਕੇਵਲ ਉਹੀ ਹੈ। ਕਹਿੰਦੇ ਉਹਦੇ ਅੱਗੇ ਬੇਨਤੀ ਕਰਦੇ ਹਾਂ ਮਾਣ ਤਿਆਗ ਕੇ। ਤੇ ਮਹਾਰਾਜ ਨੇ ਤਿਆਗਣ ਦੀ ਜਦੋਂ ਗੱਲ ਕੀਤੀ ਨਾ, ਤੁਸੀਂ ਸ਼ਬਦ ਪੜ੍ਹਦੇ ਹੋ ਤਿਆਗਣਾ, ਤਿਆਗਣ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ, ਇਹ ਆ ਅੰਤਰੀਵ ਦਾ ਤਿਆਗ। ਪਰ ਹੁਣ ਕਿਸੇ ਨੇ ਹੰਕਾਰ ਤਿਆਗਿਆ, ਤਿੰਨ ਚੀਜ਼ਾਂ ਆ। ਹੰਕਾਰ ਕਿਵੇਂ ਕਿਵੇਂ ਹੁੰਦਾ? ਇੱਕ ਸ਼ਬਦ ਗੁਰਬਾਣੀ ਵਿੱਚ ਆਇਆ ਅਭਿਮਾਨ। ਅਭਿਮਾਨ ਦਾ ਅਰਥ ਅਹੰਕਾਰ ਵੀ ਕੀਤਾ ਆ, ਤੇ ਗੁਰਮੁਖਾਂ ਨੇ ਅਬ ਦਾ ਅਰਥ ਹਿਰਦਾ ਕੀਤਾ, ਮਾਣ ਹਿਰਦੇ ਦਾ ਮਾਣ, ਅਭਿਮਾਨ ਹਿਰਦੇ ਵਿੱਚ ਹੋਣਾ। ਇੱਕ ਸਰੀਰ ਕਰਕੇ ਤੁਹਾਨੂੰ ਤਿੰਨ ਤਰ੍ਹਾਂ ਦੇ ਲੋਕ ਮਿਲਣਗੇ, ਇੱਕ ਅਭਿਮਾਨ ਬੋਲਾਂ ਕਰਕੇ ਹੁੰਦਾ, ਇੱਕ ਸਰੀਰ ਕਰਕੇ ਹੁੰਦਾ, ਇੱਕ ਹਿਰਦੇ ਕਰਕੇ ਹੁੰਦਾ, ਤਿੰਨ ਤਰ੍ਹਾਂ ਦਾ। ਉਹਦੇ ਵਿੱਚੋਂ ਦੋ ਤਰ੍ਹਾਂ ਦਾ ਜਿਹੜਾ ਨਾ, ਬੋਲਾਂ ਕਰਕੇ ਅਤੇ ਬਾਹਰ ਸਰੀਰ ਕਰਕੇ, ਇਹ ਦੋਨਾਂ ਦੇ ਤਿਆਗੀ ਤੁਹਾਨੂੰ ਬਹੁਤਾਤ ਵਿੱਚ ਮਿਲ ਜਾਣਗੇ ਧਰਮ ਦੀ ਦੁਨੀਆ ਵਿੱਚ। ਪਰ ਅਬ ਦਾ ਮਾਣ ਕਿਸੇ ਨੇ ਹਿਰਦੇ ਦਾ, ਮਨ ਅੰਦਰ ਦਾ ਮਾਣ, ਮਨ ਦਾ ਤਿਆਗ ਦਿੱਤਾ ਹੋਵੇ, ਇਹੋ ਜਿਹੇ ਬਹੁਤ ਘੱਟ ਮਿਲਣਗੇ। ਆਪ ਜੀ ਆਖੋਗੇ ਬਈ ਇਹ ਬਾਹਰਲੇ ਨਿਸ਼ਾਨੀ, ਜਿਵੇਂ ਬੋਲਾਂ ਵਿੱਚ ਬਹੁਤ ਲੋਕ ਮੈਂ ਜੀ ਦਾਸਨ ਦਾਸ, ਮੈਂ ਜੀ ਸੇਵਕ, ਮੈਂ ਜੀ ਕੂਕਰ, ਮੈਂ ਜੀ ਆ, ਇਹ ਆ ਸ਼ਬਦਾਂ ਰਾਹੀਂ ਲੋਕ ਪ੍ਰਭਾਵਿਤ ਹੁੰਦੇ ਇਹੋ ਜਿਹੀਆਂ ਗੱਲਾਂ ਸੁਣ ਕੇ ਵੀ ਆਪਣੇ ਆਪ ਨੂੰ ਕੂਕਰ ਕਹਿ ਰਿਹਾ ਜੀ, ਦਾਸ ਕਹਿ ਰਿਹਾ ਜੀ, ਸੇਵਕ ਕਹਿ ਰਿਹਾ। ਅਤੇ ਉਹੀ ਵੇਖੋ ਜਿਹੜਾ ਅੰਦਰ ਸੇਵਕ ਹੈ, ਇਹਨਾਂ ਦੇ ਬਾਹਰ ਕਿਸੇ ਦੇ ਸਿਰ 'ਤੇ ਚੜਿਆ ਹੁੰਦਾ। ਹੁਣ ਸ਼ਬਦਾਂ ਵਿੱਚ ਆਇਆ, ਇੱਥੇ ਨਹੀਂ ਆਇਆ। ਕਈ ਵਾਰੀ ਸਰੀਰ ਕਰਕੇ ਆ ਜਾਂਦਾ ਬਾਹਰ ਵੀ, ਮਤਲਬ ਜਿਹਨੂੰ ਮਿਲਣਾ ਐਂ ਹੋ ਜਾਣਾ, ਜਿਹਨੂੰ ਮਿਲਣਾ ਝੁੱਕ ਜਾਣਾ, ਮਤਲਬ ਬਾਹਰਲੀ ਜਿਹੜੀ ਬਾਡੀ ਲੈਂਗੁਏਜ ਅਸੀਂ ਕਹਿ ਸਕਦੇ ਹਾਂ ਉਹਦੇ ਵਿੱਚ। ਲੇਕਿਨ ਅੰਦਰ ਜਿਹੜੀ ਕਹਾਣੀ ਹੈ ਉਹਨੂੰ ਮਿਟਾਉਣਾ ਬੜਾ ਔਖਾ ਹੈ। ਤਾਂ ਕਰਕੇ ਔਰ ਖਾਸ ਕਰਕੇ ਧਰਮ ਦੀ ਦੁਨੀਆ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਗੌੜੀ ਰਾਗ ਵਿੱਚ ਪਹਿਲਾ ਸ਼ਬਦ ਦਰਜ ਹੋਇਆ, ਪਹਿਲੇ ਸ੍ਰੀ ਰਾਗ ਅਤੇ ਮਾਝ ਰਾਗ ਵਿੱਚ ਨਹੀਂ ਹੈ।
ਪਹਿਲਾ ਸ਼ਬਦ ਹੀ ਇਹ ਆਇਆ, ਸਾਧੋ ਮਨ ਕਾ ਮਾਨ ਤਿਆਗੋ। ਮਨ ਕਾ ਮਾਨ, ਤਨ ਦੀ ਕਹਾਣੀ ਨਹੀਂ ਆਈ ਇੱਥੇ, ਬੋਲਾਂ ਦੀ ਕਹਾਣੀ ਨਹੀਂ ਆਏ, ਕਹਿੰਦੇ ਮਨ ਦਾ ਮਾਨ ਤਿਆਗ, ਕਿਉਂਕਿ ਇਹਨੂੰ ਹੀ ਤਿਆਗਣਾ ਸਭ ਨਾਲੋਂ ਔਖਾ ਹੈ, ਕਠਿਨ ਹੈ। ਅਤੇ ਮਹਾਰਾਜ ਕਹਿੰਦੇ ਬਹੁਤ ਕੁਝ ਤਿਆਗਿਆ, ਬਾਬੇ ਕਬੀਰ ਨੇ ਆਖਿਆ ਤੁਹਾਨੂੰ ਬੜੇ ਲੋਕ ਮਿਲ ਜਾਣਗੇ, ਮਾਇਆ ਨੂੰ ਹੱਥ ਨਹੀਂ ਲਾਉਂਦੇ, ਆਹ ਨਹੀਂ ਕਰਦੇ, ਪਰ ਬਾਬਾ ਕਬੀਰ ਕਹਿੰਦੇ ਮੈਂ ਤੈਨੂੰ ਪੁੱਛਣਾ ਚਾਹੁੰਦਾ ਹੈ, ਬੜੇ ਬੜੇ ਧਰਮੀ ਲੋਕ ਗਲ ਗਏ ਸੜ ਗਏ ਦੇ ਵਿੱਚ, ਕਬੀਰ ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ ਮਾਨ ਸਭੈ ਕਹੋ ਖਾਏ। ਕਹਿੰਦੇ ਇਹਦੇ ਵਿੱਚ ਬੜੇ ਬੜੇ ਮੁਨੀਸ਼ਵਰ ਧਰਮੀ ਪੁਰਖ ਤਿਆਗਿਆ ਬਹੁਤ ਕੁਝ, ਪਰ ਜਿਹੜੀ ਚੀਜ਼ ਤਿਆਗਣ ਵਾਲੀ ਸੀ ਉਹ ਨਹੀਂ ਤਿਆਗ ਸਕੇ। ਕਿਸੇ ਨੇ ਕੱਪੜੇ ਪਾਉਣੇ ਤਿਆਗ ਦਿੱਤੇ, ਕਿਸੇ ਨੇ ਪੈਰੀਂ ਜੋੜਾ ਪਾਉਣਾ ਤਿਆਗ ਦਿੱਤਾ, ਕਿਸੇ ਨੇ ਰੋਟੀ ਦਾ ਤਿਆਗ ਕੀਤਾ, ਕਿਸੇ ਨੇ ਘਰ ਦਾ ਤਿਆਗ ਕੀਤਾ, ਕਿਸੇ ਨੇ ਪਰਿਵਾਰ ਦਾ ਤਿਆਗ ਕੀਤਾ, ਨਹੀਂ ਕਰ ਸਕਿਆ, ਅਤੇ ਮਾਣ ਦਾ ਤਿਆਗ ਨਹੀਂ ਕਰ ਸਕਿਆ। ਉਹ ਅਜੇ ਵੀ ਐਡਾ ਹੈ, ਉਹ ਅਜੇ ਵੀ ਉੱਥੇ ਖਲੋਤਾ ਹੈ, ਉਹਦਾ ਤਿਆਗ। ਬਾਬੇ ਕਬੀਰ ਨੇ ਉਸ ਅਵਸਥਾ ਨੂੰ ਲਿਖਿਆ, ਕਹਿੰਦੇ ਗ੍ਰਹਿ ਤਜ ਬਨ ਖੰਡ ਜਾਈਐ ਚੁਨ ਖਾਈਏ ਕੰਦਾ, ਪਰ ਕਹਿੰਦੇ ਅਜੋ ਬੇਕਾਰ ਨਾ ਛੋਡੇ ਪਾਪੀ ਮਨ ਮੰਦਾ। ਇੰਨੇ ਨਹੀਂ ਨਾ ਛੱਡਿਆ, ਬਹੁਤ ਕੁਛ ਛੱਡਿਆ। ਇਸੇ ਕਰਕੇ ਕਹਿੰਦੇ ਬੇਨਤੀ ਕਰਾਂ, ਅਰਜ਼ੋਈ ਕਰਾਂ, ਕਰੋ ਬੇਨੰਤੀ, ਉਹਦੇ ਅੱਗੇ ਇਹ ਬੇਨਤੀ ਕਰਾਂ ਅਤੇ ਮਾਣ ਤਿਆਗੋ। ਕਹਿੰਦੇ ਮੈਂ ਮਾਣ ਨੂੰ ਤਿਆਗਣਾ ਕਰਾਂ, ਕਿਉਂਕਿ ਉਹਦੇ ਦਰ 'ਤੇ ਇਹ ਪਤਾ ਲੱਗਾ ਕਿ ਉਹ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਹੈ। ਹਰ ਜੀਓ ਨਿਮਾਣਿਆਂ ਤੂੰ ਮਾਣ, ਜਿਹੜੇ ਨਿਮਾਣੇ ਹੋ ਕੇ ਨਿਤਾਣੇ ਹੋ ਕੇ ਤੇਰੇ ਦਰ 'ਤੇ ਢਹਿੰਦੇ ਨੇ, ਮਾਲਕ ਉਹਨਾਂ ਨੂੰ ਤੂੰ ਰਹਿਮਤਾਂ ਦੇ ਨਾਲ ਬਖਸ਼ਿਸ਼ਾਂ ਦੇ ਨਾਲ ਨਿਵਾਜਦਾ ਹੈ। ਕਹਿੰਦੇ ਮੈਂ ਅਭਿਮਾਨ ਤਿਆਗ ਕੇ ਮਾਣ ਤਿਆਗ ਕੇ ਉਸ ਮਾਲਕ ਦੇ ਦਰ 'ਤੇ ਅਰਜ਼ੋਈ ਕਰਦਾ ਹਾਂ। ਵਾਰ ਵਾਰ ਜਾਈ ਲੱਖ ਵਰੀਆਂ ਦੇਹ ਸੰਤਨ ਕੀ ਧੂਰਾ ਜੀਓ। ਵਾਰ ਵਾਰ, ਵਾਰੇ ਵਾਰੇ ਜਾਣਾ, ਕੁਰਬਾਨ ਜਾਣਾ, ਬਲਿਹਾਰ ਜਾਣਾ, ਔਰ ਜਦੋਂ ਬਲਿਹਾਰ ਦੀ ਬਾਤ ਆਉਂਦੀ ਹੈ ਨਾ, ਕੁਰਬਾਨ ਦੀ ਬਾਤ ਆਉਂਦੀ, ਮੈਂ ਬੇਨਤੀ ਜ਼ਰੂਰ ਕਰਾਂ। ਆ ਵਿਆਹ ਤਰਾ ਹੁੰਦਾ ਨਾ ਕੋਈ, ਤਾਂ ਆਪਣੇ ਇੱਕ ਕਲਚਰ ਆ, ਜਿਵੇਂ ਸਰਵਾਰ ਨੇ ਕਰਦੇ ਆ ਬੱਚਿਆਂ ਦੇ ਉੱਤੋਂ ਦੀ, ਸਿਰ ਦੇ ਪੈਸੇ ਵਾਰਦੇ ਆ। ਉਹ ਨਾ ਕਿਤੇ ਬਾਹਰਲੀ ਕੰਟਰੀ ਦੇ ਵਿੱਚ ਵਿਆਹ ਹੋ ਰਿਹਾ ਸੀ ਆਪਣੇ ਪੰਜਾਬੀਆਂ ਦਾ, ਅਤੇ ਉਹ ਫਿਰ ਵਿਆਹ ਜਦੋਂ ਹੋ ਰਿਹਾ ਸੀ ਅਤੇ ਉਹ ਇਸ ਤਰ੍ਹਾਂ ਝੋਲੀ 'ਚ ਵੀ ਰੱਖਣ ਅਤੇ ਉਹ ਸਿਰ ਦੇ ਉੱਤੋਂ ਵੀ ਐਂ ਕਰਨ, ਉਹ ਕੁਝ ਉਹਨਾਂ ਦੇ ਸਰਕਲ ਦੇ ਗੋਰੇ ਲੋਕ ਸਨ ਅਤੇ ਉਹ ਵੀ ਆਏ ਮੈਰਿਜ ਦੇ ਵਿੱਚ, ਵਿਆਹ ਦੇ ਵਿੱਚ। ਉਹ ਜਦੋਂ ਆਏ ਅਤੇ ਉਹ ਉੱਪਰੋਂ ਦੀ ਐਂ ਸਰਵਾਰ ਨੇ ਕਰਨ, ਅਤੇ ਉਹ ਆਉਂਦਾ ਵੀ ਉਹਨੇ ਪੁੱਛਿਆ ਨਾਲ ਦੇ ਨੂੰ ਵੀ ਇਹ ਕੀ ਹੋ ਰਿਹਾ, ਵੀ ਐਂ ਕਰਦੇ ਆ ਅਤੇ ਐਂ ਸੁੱਟਦੇ, ਇਹ ਹੋ ਕੀ ਰਿਹਾ। ਉਹ ਕਹਿੰਦਾ ਜੀ ਇਹ ਮਤਲਬ ਸਰਵਾਰ ਨਾ ਕਰ ਰਹੇ, ਉਹਨੇ ਸਮਝਾਇਆ ਉਹਨੂੰ ਵੀ ਇਹ ਕੀ ਹੁੰਦਾ। ਉਹ ਫਿਰ ਉਹ ਕਈ ਵਾਰੀ ਜਿਹੜੀ ਚੀਜ਼ ਪਹਿਲੀ ਵਾਰੀ ਵੇਖੀ ਹੋਵੇ ਬੰਦਾ ਬੜਾ ਇੰਟਰਸਟ ਲੈ ਕੇ ਸੁਣਦਾ ਜਾਣਦਾ, ਉਹ ਆਂਦਾ ਜੀ ਇਹਦੇ ਵਿੱਚ ਰਿਕਾਰਡ ਵੀ ਬਣਾਇਆ ਕਿਸੇ ਨੇ। ਉਹ ਆਂਦਾ ਰਿਕਾਰਡ ਦਾ ਮਤਲਬ ਵੀ ਸਭ ਨਾਲੋਂ ਵੱਡਾ ਕਿਸੇ ਨੇ ਸਰਵਾਰ ਨਾ ਕੀਤਾ ਹੋਵੇ, ਉਹ ਜਿਹਨੂੰ ਪੁੱਛ ਰਿਹਾ ਸੀ ਨਾ। ਉਹ ਕਹਿੰਦਾ ਹਾਂ ਰਿਕਾਰਡ ਹੈ। ਕਹਿੰਦਾ ਕਿਹਨੇ ਬਣਾਇਆ? ਕਹਿੰਦਾ ਰਿਕਾਰਡ ਬਣਾਇਆ ਅੱਜ ਤੱਕ ਜਿਹੜਾ ਉਹ ਬਣਿਆ ਨਾ, ਨਾ ਤਾਂ ਉਹਨੂੰ ਅੱਜ ਤੱਕ ਕਿਸੇ ਨੇ ਤੋੜਿਆ ਆ, ਅਤੇ ਨਾ ਰਹਿੰਦੀ ਦੁਨੀਆ ਤੱਕ ਉਹ ਟੁੱਟਣਾ ਆ। ਉਹ ਕਹਿੰਦਾ ਵੀ ਇਹੋ ਜਿਹਾ ਕੋਈ 1 ਲੱਖ ਕਿਸੇ ਨੇ ਸਰਵਾਰ ਨਾ ਕਰ ਦਿੱਤਾ, ਕੋਈ ਕਰੋੜ ਕਰ ਦਿੱਤਾ, ਕੋਈ ਮਿਲੀਅਨ ਬਿਲੀਅਨ ਇਹੋ ਜਿਹਾ ਕੀਤਾ? ਕਹਿੰਦਾ ਨਹੀਂ। ਕਹਿੰਦਾ ਇਹ ਹੋਰ ਕੀ ਵਾਰਿਆ ਇਹੋ ਜਿਹਾ? ਕਹਿੰਦਾ ਸਾਡੇ 10ਵੇਂ ਗੁਰਦੇਵ ਕਲਗੀਧਰ ਪਾਤਸ਼ਾਹ ਨੇ 4 ਪੁੱਤਰਾਂ ਦਾ ਸਾਡੇ ਤੋਂ ਸਰਵਾਰ ਨਾ ਕਰ ਦਿੱਤਾ, ਔਰ ਉਹ ਦਾਤੇ ਨੇ ਦੁਨੀਆ ਨੇ ਪੈਸੇ ਤਾਂ ਬੜੇ ਵਾਰੇ, ਧੀਆਂ ਪੁੱਤਰਾਂ ਦੇ ਉੱਤੋਂ ਅੱਜ ਤੱਕ ਲੋਕਾਂ ਨੇ ਮਾਇਆ ਤਾਂ ਬਥੇਰੀ ਵਾਰੀ, ਕਿਸੇ ਨੇ ਮਿਰਚਾਂ ਵਾਰੀਆਂ, ਕਿਸੇ ਨੇ ਪੈਰਾਂ ਦੀ ਮਿੱਟੀ ਚੁੱਕ ਕੇ ਵਾਰੀ, ਪਰ ਕਹਿੰਦੇ ਪੁੱਤਰਾਂ ਨੂੰ ਵਾਰ ਦੇਣ ਵਾਲਾ ਇਸ ਪੰਥ ਤੋਂ ਕੇਵਲ ਅਤੇ ਕੇਵਲ ਕਲਗੀਆਂ ਵਾਲਾ ਹੈ। ਉਹਦੇ ਵਰਗਾ ਸਰਵਾਰਨਾ ਅੱਜ ਤੱਕ, ਕਿਉਂਕਿ ਬਚਨ ਕਹਿ ਸੀ ਨਾ ਦਮਦਮਾ ਸਾਹਿਬ ਦੀ ਧਰਤੀ 'ਤੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ, ਕੁਰਬਾਨ ਕਰ ਦਿੱਤੇ ਕਹਿੰਦੇ ਚਾਰੇ, ਚਾਰ ਮੂਹੇ ਤੋਂ ਕਿਆ ਭਇਆ ਜੀਵਤ ਕਈ, ਇਹੋ ਜਿਹਾ ਪਿਓ ਕਿੱਥੋਂ ਲੱਭੇਗਾ, ਇਹੋ ਜਿਹਾ ਪਿਤਾ ਕਿੱਥੋਂ ਲੱਭੇਗਾ। ਕਿੰਨਾ ਵੀ ਢਿੱਡ ਤੋਂ ਪੈਦਾ ਜਿਹੜਾ ਜੰਮਿਆ ਹੋਵੇ, ਲੇਕਿਨ ਫਿਰ ਦੂਸਰੀ ਬਾਤ ਹੈ, ਇੱਕ ਨਾਦੀ ਔਲਾਦ ਇੱਕ ਬਿੰਦੀ ਹੈ, ਅਤੇ ਲੋਕ ਕਹਿੰਦੇ ਬਿੰਦ ਦਾ ਰਿਸ਼ਤਾ ਬੜਾ ਨੇੜੇ ਦਾ ਹੁੰਦਾ ਹੈ, ਜਿਹਨੂੰ ਬਲੱਡ ਰਿਲੇਸ਼ਨ ਕਹਿ ਦਿੰਦੇ ਅਸੀਂ, ਲੇਕਿਨ ਜਿਨ੍ਹਾਂ ਨੂੰ ਮੂੰਹ ਬੋਲ ਕੇ ਪੁੱਤਰ ਆਖਿਆ, ਉਹਨਾਂ ਦੇ ਉੱਤੋਂ ਆਪਣੀ ਬਿੰਦੀ ਔਲਾਦ ਵਾਰ ਦੇਣੀ, ਇਹ ਕੇਵਲ ਕਲਗੀਆਂ ਵਾਲੇ ਦੇ ਹਿੱਸੇ ਆਇਆ ਹੈ, ਇਹ ਕੇਵਲ ਉਸ ਮਾਲਕ ਦੇ ਹਿੱਸੇ ਆਇਆ,
ਹੋਰ ਕੋਈ ਨਹੀਂ। ਤੇ ਪੁੱਤਰਾਂ ਦਾ ਮੋਹ ਪਤਾ ਕਿਹੋ ਜਿਹਾ? ਮੈਂ ਇੱਕ ਬੋਲ ਕਹਿ ਦਵਾਂ, ਉਹ ਕਹਿੰਦੇ ਦੋ ਸੁੱਤ ਰਹੇ ਘਰ ਬੰਨ ਕੋ ਸਿਧਾਰੇ ਦੋ, ਦਸ਼ਰਥ ਜੀ ਨੇ ਗਿਰ ਕਰ ਪ੍ਰਾਨੂ ਕੋ ਨਿਕਾਰਾ ਹੈ। ਮਹਿਲ ਤੋਂ ਛਾਲ ਮਾਰ ਦਿੱਤੀ। ਪੁੱਤਰਾਂ ਦਾ ਮੋਹ ਕੀ ਹੁੰਦਾ ਹੈ? ਕਹਿੰਦੇ ਅਸ਼ਵਧਾਮਾ ਸਾਹ ਉੱਤੋਂ ਦਰੋਣਾ ਜੀ ਨੇ ਪ੍ਰਾਣ ਤਿਆਗੇ, ਨਰ ਔਰ ਕੁੰਚਰ ਕਾ ਭੇਦ ਨਾ ਵਿਚਾਰਾ ਹੈ, ਸੌ ਪੂਤ ਮੂਏ ਵਿਸ਼ਿਸ਼ਟ ਮੁਨੀ ਗਿਆਨੀ ਜੀ ਕੇ, ਤਨ ਬਾਂਧ ਪਾਥਰ ਬਿਆਸਰੀ ਮੇ ਡਾਰਾ, ਡੁੱਬ ਕੇ ਮਰਨ ਲਈ ਤਿਆਰ ਹੋ ਗਏ। ਪਰ ਕਹਿੰਦੇ ਐਸਾ ਕੋਈ ਨਾ ਹੋਇਆ ਜਹਾਨ ਤੇ ਖਾਲਸਾ ਜੀ, ਚਾਰੇ ਪੁੱਤਰ ਵਾਰ ਕੇ ਵੀ ਸ਼ੁਕਰ ਗੁਜ਼ਾਰਾ ਹੈ। ਕਹਿੰਦੇ ਇਹੋ ਜਿਹਾ ਸੰਸਾਰ ਤੇ ਜਿਹਨੇ ਚਾਰੇ ਸਪੁੱਤਰ ਵਾਰ ਕੇ ਵੀ ਚਮਕੌਰ ਦੀ ਗੜੀ ਤੋਂ ਵੀ ਮਾਲਕ ਦਾਤਾ ਵੇਖ ਰਿਹਾ ਸੀ, ਪਰ ਉਸ ਦਾਤੇ ਨੇ ਤਾਂ ਆਖਿਆ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ, ਮੇਰਾ ਪੰਥ ਵਸੇ ਮੈਂ ਉੱਜੜਾ ਮਨ ਚਾਓ ਕਨੇਰਾ। ਉਹ ਦਾਤੇ ਨੇ ਐਸਾ ਕੁਝ ਜਿਹੜਾ ਮਹਾਰਾਜ ਕਹਿੰਦੇ ਵਾਰ ਵਾਰ ਜਾਈ ਲੱਖ ਵਰੀਆ, ਕਿਉਂਕਿ ਜਿਸ ਚੀਜ਼ ਦੀ ਚਾਹਨਾ ਹੋ ਜਾਏ ਨਾ, ਜਿਹਨੂੰ ਪਿਆਰ ਕਰੀਏ, ਉਹਦੇ ਤੋਂ ਸਭ ਕੁਝ ਕੁਰਬਾਨ ਕਰਨ ਨੂੰ ਚਿੱਤ ਕਰਦਾ ਹੈ। ਜਿੱਦਣ ਗੁਰੂ ਨਾਲ ਪਿਆਰ ਹੋ ਗਿਆ ਨਾ, ਅੱਜ ਤਾਂ ਨਹੀਂ ਜੀ ਕਿਰਪਾਨ ਪਾ ਕੇ ਸੰਭਾਲਣੀ ਬੜੀ ਔਖੀ, ਕਿਸਾਂ 'ਚ ਕੰਘਾ ਰੱਖਣਾ ਇਹ ਬੜੀ ਬੰਦਿਸ਼ ਜੀ ਹੈ ਜੀ, ਕਛਹਿਰਾ ਪਾਉਣਾ ਬੜਾ ਔਖਾ, ਕੜਾ ਪਾਉਣਾ ਜੀ ਬਹੁਤ, ਇਹ ਕਿਉਂ ਲੱਗਦਾ ਆ? ਕਿਉਂਕਿ ਅਜੇ ਪਿਆਰ ਨਹੀਂ ਬਣਿਆ। ਜਿੱਦਣ ਪਿਆਰ ਬਣ ਜਾਏ, ਪਿਆਰੇ ਦੀ ਤੇ ਹਰ ਇੱਕ ਨਿਸ਼ਾਨੀ ਬੰਦਾ ਇੱਕ ਨਾਲ ਲਾ ਲਾ ਕੇ ਰੱਖਦਾ ਹੈ। ਪਿਆਰੇ ਦੀ ਤੇ ਹਰ ਇੱਕ ਨਿਸ਼ਾਨੀ ਪਿਆਰੀ ਲੱਗਦੀ ਆ, ਉਹ ਬੰਦਿਸ਼ ਨਹੀਂ ਲੱਗਦੀ, ਉਹ ਬੋਝ ਨਹੀਂ ਲੱਗਦਾ। ਜੇ ਬੋਝ ਲੱਗਦਾ ਆ ਤੇ ਅਜੇ ਪਿਆਰ ਨਹੀਂ ਬਣਿਆ ਗੁਰੂ ਨਾਲ। ਜਿੱਦਣ ਪਿਆਰ ਬਣ ਗਿਆ ਨਾ, ਉਦਣ ਗੁਰੂ ਵਾਲੇ ਬੰਨਾ, ਅੰਮ੍ਰਿਤ ਵੇਲੇ ਉੱਠਣਾ, ਕਕਾਰਾਂ ਦੇ ਧਾਰਨੀ ਹੋਣਾ, ਸਤਸੰਗਤ ਕਰਨੀ, ਗੁਰਬਾਣੀ ਪੜ੍ਹਨੀ, ਨਿਤਨੇਮ ਕਰਨਾ, ਇਹ ਬੰਦਿਸ਼ ਨਹੀਂ ਹੋਏਗੀ। ਪ੍ਰੇਮ ਦੇ ਵਿੱਚ ਨਾ ਅਕੇਵਾਂ ਹੈ ਨਾ ਥਕੇਵਾਂ ਹੈ। ਔਰ ਮਹਾਰਾਜ ਕਹਿੰਦੇ ਜਿਹਨਾਂ ਕਹਿੰਦੇ ਵਾਰ ਵਾਰ ਜਾਈ ਲੱਖ ਵਰੀਆ, ਕਿੰਨੀ ਵਾਰੀ? ਲੱਖਾਂ ਵਾਰੀ। ਆਸਾ ਕੀ ਵਾਰ ਦਾ ਪਹਿਲਾ ਸਲੋਕ ਪੌੜੀ ਦਾ, ਬਲਿਹਾਰੀ ਗੁਰ ਆਪਣੇ ਦਿਉਹਾੜੀ, ਸੱਦ ਦਾ ਅਰਥ ਹੈ ਸੈਂਕੜੇ, ਇੱਕ ਦਿਨ ਵਿੱਚ ਸੈਂਕੜੇ ਵਾਰ ਕੁਰਬਾਨ ਜਾਵਾਂ ਐਸੇ ਮਾਲਕ ਤੋਂ, ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਵਾਰ। ਕਹਿੰਦੇ ਮੈਂ ਉਸ ਤੋਂ ਵਾਰ ਨੇ ਬਲਿਹਾਰ ਨੇ ਲੱਖ ਬਰੀਆ, ਨਾਮੋ ਹੋ ਨਾਮ ਸਾਹਿਬ ਕੋ ਪ੍ਰਾਣ ਅਧਰੀਆ। ਕਹਿੰਦੇ ਉਹਦੇ ਤੋਂ ਵਾਰ ਵਾਰ ਕੁਰਬਾਨ, ਦੇਹੋ ਸੰਤਨ ਕੀ ਧੂਰਾ ਜੀਓ, ਰੱਬ ਦੇ ਪਿਆਰਿਆਂ ਦੀ ਚਰਨ ਧੂੜ, ਗੁਰਮੁਖ ਜਨਾਂ ਦੀ ਜਿਹੜੇ ਤੇਰੀ ਇਬਾਦਤ ਵਿੱਚ ਜੁੜੇ ਨੇ, ਤੇਰੀ ਬੰਦਗੀ ਵਿੱਚ ਜੁੜੇ ਨੇ, ਕਹਿੰਦੇ ਉਹਨਾਂ ਦੀ ਚਰਨ ਧੂੜ ਜਿਹੜੀ ਉਹ ਮੈਨੂੰ ਪ੍ਰਾਪਤ ਹੋਵੇ। ਔਰ ਚਰਨ ਧੂੜ ਦਾ ਸੰਕਲਪ ਸਮਝਣਾ, ਅੱਜ ਕਈ ਵਾਰੀ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਵੀ ਕਿੰਤੂ ਕਰਦੇ ਹਾਂ, ਇਹੋ ਜਿਹੀਆਂ ਗੱਲਾਂ ਕਰਦੇ ਹਾਂ, ਮਸਤਕ ਨੂੰ ਜਿਹੜਾ ਉਹ ਧੂੜ ਲਾਉਣੀ, ਅਸੀਂ ਸਭ ਨਾਲੋਂ ਪਵਿੱਤਰ ਸੇਵਾ ਗਿਣਦੇ ਹਾਂ ਜਦੋਂ ਜੋੜੇ ਘਰ ਵਿੱਚ ਸੇਵਾ ਕਰਦੇ ਹਾਂ। ਪਰ ਯਾਦ ਰੱਖਣਾ, ਸੇਵਾ ਕਰਦਿਆਂ ਧੂੜੀ ਦਾ ਜਿਹੜਾ ਸੰਕਲਪ ਆ ਨਾ, ਇਹਦੇ ਤੋਂ ਇਹ ਵੀ ਚੀਜ਼ ਸਮਝਣੀ ਆ ਵੀ ਇਹਦੇ ਤੋਂ ਅਰਥ ਕੀ ਲੈਣਾ ਹੈ। ਹਰ ਇੱਕ ਚੀਜ਼, ਜੇ ਅਸੀਂ ਲੰਗਰ ਵਿੱਚ ਬਰਤਨ ਮਾਂਜਦੇ ਹਾਂ ਅਤੇ ਅੰਦਰੋਂ ਈਰਖਾ ਦਵੈਸ਼ ਨਿੰਦਿਆ ਮਾਂਜ ਕੇ ਬਾਹਰ ਨਹੀਂ ਕੱਢੀ ਤਾਂ ਕੰਮ ਔਖਾ ਆ। ਬਾਹਰ ਝਾੜੂ ਫੇਰਦੇ ਹਾਂ, ਅੰਦਰ ਝਾੜੂ ਨਹੀਂ ਫਿਰਿਆ, ਅੰਦਰੋਂ ਇਹ ਕੁਝ ਵਿਕਾਰ ਉਗਣਾਂ ਦੀ ਕਹਾਣੀ ਨਹੀਂ ਤਾਂ ਬੜੀ ਬਾਤ ਔਖੀ। ਇਸੇ ਤਰ੍ਹਾਂ ਬਾਹਰੋਂ ਤਾਂ ਚਰਨ ਧੂੜ ਲਾਈ ਮਸਤਕ ਨੂੰ, ਲੇਕਿਨ ਅੰਦਰ ਅਹੰਕਾਰ ਹੀ ਰਿਹਾ ਹਉਮੈ ਰਹੀ, ਫਿਰ ਬਾਤ ਔਖੀ ਹੋ ਜਾਏਗੀ। ਚਰਨ ਧੂੜ ਦਾ ਸੰਕਲਪ ਨਾਲ ਦੀ ਨਾਲ ਹੈ ਹਿਰਦੇ ਵਿੱਚ ਗਰੀਬੀ ਆ ਜਾਣੀ, ਔਰ ਜਿਹਦੇ ਹਿਰਦੇ ਵਿੱਚ ਆ ਜਾਏ, ਮਹਾਰਾਜ ਸੁਖਮਨੀ ਸਾਹਿਬ ਵਿੱਚ ਕਹਿੰਦੇ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਈਹਾਂ ਮੁਕਤ ਆਗੈ ਸੁਖ ਪਾਵੈ। ਜਿਹਨੂੰ ਆਖਿਆ ਗਰੀਬੀ ਗਦਾ ਹਮਾਰੀ ਖੰਨਾ ਸਗਲ, ਕਹਿੰਦੇ ਉਹ ਮਾਲਕ ਦੇ ਪਿਆਰੇ ਜਿਹੜੇ ਨੇ ਗੁਰਮੁਖ ਜਨ, ਉਹਨਾਂ ਦੇ ਚਰਨਾਂ ਦੀ ਧੂੜ ਹੋ ਜਾਣ, ਨਿਮਰਤਾ ਨਾਲ ਅਧੀਨਗੀ ਨਾਲ ਬੇਨਤੀ ਕਰਨੀ। ਕਹਿੰਦੇ ਐਸੇ ਮਾਲਕ ਦੇ ਪਿਆਰਿਆਂ ਦੀ ਦੇਹੋ ਸੰਤ, ਕਹਿੰਦੇ ਮਾਲਕ ਜੀ ਦੇਹੋ ਸੰਤਨ ਕੀ ਧੂਰਾ ਜੀ, ਉਹ ਰੋਜ਼ ਸੋਲਾ ਸਾਹਿਬ ਦੀ ਬਾਣੀ ਪੜ੍ਹਦੇ, ਅਖੀਰ ਤੇ ਜਾ ਕੇ ਪੰਜਵੇਂ ਗੁਰਦੇਵ ਇਹੋ ਹੀ ਕਹਿੰਦੇ, ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੁਕ ਕਰ ਸੰਤਨ ਕੀ ਧੂਰੇ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ। ਕਹਿੰਦੇ ਐਸੇ ਮਾਲਕ ਦੇ ਪਿਆਰਿਆਂ ਦੀ ਚਰਨ ਧੂੜੀ ਨੂੰ ਮੈਂ ਸਦਾ ਲੋਚਦਾ ਹਾਂ। ਤੁਮ ਦਾਤੇ ਤੁਮ ਪੁਰਖ ਵਿਧਾਤੇ ਤੁਮ ਸਮਰੱਥ ਸਦਾ ਸੁਖ ਦਾਤੇ, ਤੁਮ ਦਾਤੇ ਤੁਮ ਪੁਰਖ ਵਿਧਾਤੇ, ਦਾਤਾ
ਜੋ ਦਾਤ ਦੇਣ ਵਾਲਾ ਹੈ। ਤੇ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਦਾਤਾ ਕੇਵਲ ਇੱਕੋ ਹੀ ਹੈ, ਬਾਕੀ ਜਿੰਨਾ ਜਗਤ ਹੈ ਸੰਸਾਰ ਵਿੱਚ, ਜਿੰਨਾ ਵੀ ਸੰਸਾਰ ਹੈ, ਸਭ ਭਿਖਾਰੀ ਹੈ। ਸਤਿਗੁਰਾਂ ਦਾ ਸਲੋਕ ਪੜ੍ਹਦੇ ਹਾਂ ਅਸੀਂ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਬਸ ਕਹਾਣੀ ਇਹ ਆ ਵੀ ਕੋਈ ਵੱਡਾ ਭਿਖਾਰੀ ਹੈ ਤੇ ਕੋਈ ਛੋਟਾ ਭਿਖਾਰੀ। ਇੱਕ ਸਲੋਕ ਗੁਰਬਾਣੀ ਵਿੱਚ ਮਹਾਰਾਜ ਨੇ ਲਿਖਿਆ, ਸਾਹਿਬ ਕਹਿੰਦੇ ਨੇ ਇੱਥੇ ਦੁਨੀਆ ਮੰਗਤਿਆਂ ਨੂੰ ਰਾਜੇ ਕਹਿੰਦੀ ਹੈ, ਮੰਗਤਿਆਂ ਨੂੰ ਰਾਜੇ ਕਹਿੰਦੀ ਹੈ, ਪੁੱਠਾ ਕੰਮ ਕਰਦੇ ਆ। ਬਚਨ ਪੜ੍ਹੋ, ਨਾਓ ਫਕੀਰ ਹੈ ਪਾਤਸ਼ਾਹ। ਇੱਥੇ ਫਕੀਰ ਸ਼ਬਦ ਬੰਦਗੀ ਵਾਲੇ ਵਾਸਤੇ ਨਹੀਂ ਆਇਆ, ਇੱਥੇ ਫਕੀਰ ਦਾ ਮਤਲਬ ਹੈ ਮੰਗਤਾ। ਕਹਿੰਦੇ ਫਕੀਰ ਜਿਹੜਾ ਹੈ, ਮੰਗਤੇ ਨੂੰ ਲੋਕ ਰਾਜਾ ਕਹਿੰਦੇ। ਰਾਜਾ ਸ਼ਬਦ ਵੈਸੇ ਸੰਸਕ੍ਰਿਤ ਦਾ ਹੈ, ਜਿਹਦਾ ਅਰਥ ਹੈ ਰੱਜਿਆ ਹੋਇਆ, ਜਿਹਦੀ ਤ੍ਰਿਪਤੀ ਆ। ਤੇ ਰਾਜਾ ਜ਼ਰੂਰੀ ਨਹੀਂ ਮਹਿਲਾਂ ਵਿੱਚ ਬੈਠਾ ਹੋਵੇ। ਮਹਾਰਾਜ ਕਹਿੰਦੇ ਰਾਜਾ ਕੱਖਾਂ ਦੀ ਕੁੱਲੀ ਵਿੱਚ ਵੀ ਹੋ ਸਕਦਾ ਜਿਹਦੀ ਅੰਦਰੋਂ ਤ੍ਰਿਪਤੀ ਹੈ। ਨਹੀਂ ਤਾਂ ਤੁਸੀਂ ਵੇਖਦੇ ਹੋ ਆਹ ਹੁਣ ਕਰੋੜਾਂ ਦੇ ਅਰਬਾਂ ਦੇ ਖਰਬਾਂ ਦੇ ਜਿਹੜੇ ਘਪਲੇ ਹੁੰਦੇ ਆ, ਇੱਕ ਵਿਚਾਰਾ ਛੋਟਾ ਮੋਟਾ ਬੰਦਾ ਥੋੜ੍ਹੀ ਕਰਦਾ। ਇਹ ਉਹ ਕਰਦੇ ਜਿਹਨਾਂ ਨੂੰ ਅਸੀਂ ਰਾਜੇ ਕਹਿੰਦੇ। ਇਹ ਵਜ਼ਾਰਤ 'ਚ ਵਜ਼ੀਰ ਹੈ ਜੀ, ਕਿਉਂ ਜੀ, ਇਹਨੇ ਇੰਨੇ ਲੱਖ ਦਾ, ਇੰਨੇ ਕਰੋੜ ਦਾ, ਕਰੋੜਾਂ 'ਚ ਹੁਣ ਖਲੋਂਦਾ ਹੀ ਨਹੀਂ ਕੰਮ, ਤਾਂ ਹੀ ਜਾਂਦਾ। ਇਹ ਆਹ ਕੀਤਾ ਤਾਂ ਕਰਕੇ ਇਹਨੂੰ ਰਾਜਾ ਕਹਿੰਦੇ ਹਾਂ ਜੀ। ਮਹਾਰਾਜ ਕਹਿੰਦੇ ਹੱਦ ਹੋ ਗਈ, ਸਿਰੇ ਦਾ ਮੰਗਤਾ ਹੈ ਜਿਹਦਾ ਢਿੱਡ ਹੀ ਨਹੀਂ ਭਰਿਆ ਹੋਏ, ਅਤੇ ਸ਼ਹੀਦਾਂ ਦੇ ਕਫਨ ਜਿਹੜੇ ਉਹ ਖਾ ਜਾਂਦੇ, ਉਹ 'ਚੋਂ ਕੱਪੜੇ 'ਚੋਂ ਘਪਲੇ ਕਰ ਜਾਂਦੇ ਆ, ਉਹਨਾਂ ਨੂੰ ਦੁਨੀਆ ਰਾਜੇ ਕਹਿੰਦੀ ਹੈ। ਇਸੇ ਕਰਕੇ ਇੱਥੇ ਬਚਨ ਵਰਤਿਆ ਤੁਮ ਦਾਤੇ, ਤੁਸੀਂ ਦਾਤੇ ਹੋ, ਜਿਹਨੂੰ ਆਖਿਆ ਤੁਮ ਦਾਤੇ ਠਾਕੁਰ ਪ੍ਰਤ ਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ ਹਮ ਬਾਰਿਕ ਤੁਮਰੇ ਤਾਰ। ਮਹਾਰਾਜ ਤੁਮ ਦਾਤੇ, ਤੁਮ ਪੁਰਖ ਵਿਦਾਤੇ, ਵਿਦਾਤਾ ਜਿਹਨੇ ਲੇਖ ਲਿਖਿਆ ਹੈ। ਅਸੀਂ ਤਾਂ ਵਿਦਾਤਾ ਕਿਸੇ ਹੋਰ ਨੂੰ ਮੰਨਦੇ ਜਿਹਨੇ ਜੀਵਨ ਦੀ ਪ੍ਰਾਲਬਧ ਲਿਖੀ ਹੈ। ਕਹਿੰਦੇ ਉਹ ਲਿਖਣ ਵਾਲਾ ਕੇਵਲ ਅਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ, ਤੁਸੀਂ ਹੀ ਦਾਤੇ ਹੋ, ਤੁਸੀਂ ਹੀ ਪੁਰਖ ਵੇ, ਤੁਮ ਸਮਰੱਥ ਸਦਾ ਸੁੱਖ ਦਾਤੇ, ਅਤੇ ਤੁਸੀਂ ਸਮਰੱਥ ਹੋ। ਅਸੀਂ ਹਰ ਵਕਤ ਹਰ ਸਮੇਂ, ਕੋਈ ਇਨਸਾਨ ਕਿੰਨੇ ਕਾ ਉਹ ਆਉਂਦਾ ਜੀ ਮੇਰੀ ਸਮਰੱਥਾ ਇੰਨੀ ਕੁ ਹੈ, ਮੇਰੀ ਸਮਰੱਥਾ ਇੰਨੀ ਕੁ ਹੈ, ਪਰ ਮਹਾਰਾਜ ਕਹਿੰਦੇ ਉਹ ਦਾਤਾ ਕੈਸਾ ਹੈ, ਸਰਬ ਕਲਾ ਸਮਰੱਥ, ਡੰਡੌਤ ਬੰਧਨ ਅਨਕਬਾਰ ਸਰਬ ਕਲਾ, ਉਹ ਸਰਬ ਕਲਾ ਸਮਰੱਥ ਹੈ। ਔਰ ਕਿੱਥੋਂ ਤੱਕ ਸਮਰੱਥਾ ਉਹਦੀ, ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ, ਜਿੱਥੇ ਬਾਕੀ ਸਭ ਰਿਸ਼ਤੇਦਾਰ ਭੈਣ ਭਰਾ ਦੁਨੀਆਂ ਦਾ ਹਰ ਇੱਕ ਸੋਰਸ ਉਹਦਾ ਐਂਡ ਹੋ ਜਾਂਦਾ ਹੈ, ਮਾਲਕ ਜੀ ਤੁਸੀਂ ਉੱਥੇ ਵੀ ਸਮਰੱਥਾਵਾਨ, ਉੱਥੇ ਵੀ ਸਹਾਇਤਾ ਕਰਨ ਵਾਲੇ ਹੋ, ਜਿੱਥੇ ਨਾ ਮਾਂ ਹੈ ਨਾ ਭਰਾ। ਮਹਾਰਾਜ ਤਾਂ ਹੀ ਕਹਿੰਦੇ ਵੈਦੋ ਨਵਾਈ ਭੈਣੋ ਨਾ ਭਾਈ ਏਕੋ ਸਹਾਈ ਰਾਮ ਹੈ। ਕਹਿੰਦੇ ਉਹੀ ਕਹਿੰਦੇ ਸਦਾ ਸੁੱਖ ਦਾਤੇ, ਫਿਰ ਤੇਰੇ ਘਰ ਤੂੰ ਸਦਾ ਹੀ ਸੁੱਖ ਦਾਤਾ, ਸੁੱਖਾਂ ਦਾ ਹੀ ਦਾਤਾ ਹੈ। ਕਦੀ ਤੇਰੇ ਤੋਂ ਇਹ ਨਹੀਂ ਹੋ ਸਕਦਾ ਵੀ ਮਾਲਕ ਜੀ ਕੱਲ ਤੁਸੀਂ ਸੁੱਖ ਦਾਤੇ ਸੋ ਅਤੇ ਅੱਜ ਦੁੱਖ ਦਾਤੇ। ਕਈ ਚੀਜ਼ਾਂ ਅਸੀਂ ਮੰਗਦੇ ਹਾਂ, ਬਾਬੇ ਕਬੀਰ ਨੇ ਤਾਂ ਹੀ ਆਖਿਆ, ਕਹਿੰਦੇ ਮੈਂ ਇਹੋ ਜਿਹੀ ਚੀਜ਼ ਨਹੀਂ ਮੰਗਦਾ ਜਿਹੜੀ ਅੱਜ ਸੁਖਦਾਈ ਹੈ ਅਤੇ ਕੱਲ੍ਹ ਨੂੰ ਦੁਖਦਾਈ ਹੋ ਜਾਏ। ਅੱਜ ਉਹਦੀ ਤਸੀਰ ਬੜੀ ਸੁਖਦਾਈ ਇਹ ਕਹਿ ਕੇ ਮੰਗਿਆ ਸੀ, ਕਹਿੰਦੇ ਕੱਲ੍ਹ ਨੂੰ ਉਹ ਦੁੱਖ ਦਾ ਕਾਰਨ ਬਣ ਜਾਏ, ਉਹਨੂੰ ਮੈਂ ਨਹੀਂ ਪ੍ਰਾਪਤ ਕਰਨਾ ਚਾਹੁੰਦਾ, ਮੈਂ ਨਹੀਂ ਮੰਗਣਾ ਚਾਹੁੰਦਾ। ਇਸੇ ਕਰਕੇ ਉਹਨਾਂ ਨੇ ਜਿਹੜਾ ਬਚਨ ਵਰਤਿਆ, ਕਹਿੰਦੇ ਨੇ ਉਸ ਮਾਲਕ ਦੇ ਦਰ 'ਤੇ ਅਰਜੋਈ ਹੈ ਕਿ ਜਿਹਨੇ ਕੱਲ੍ਹ ਨੂੰ ਦੁੱਖਦਾਈ ਹੋ ਜਾਣਾ, ਜਿਹਦੀ ਤਸੀਰ ਬਦਲ ਜਾਣੀ ਹੈ, ਮੈਂ ਇਹੋ ਜਿਹੀ ਚੀਜ਼ ਇਹੋ ਜਿਹੀ ਵਸਤੂ ਦੀ ਮੰਗ ਨਹੀਂ ਕਰਦਾ। ਤੁਸੀਂ ਕਈ ਵਾਰੀ ਵੇਖਦੇ ਹੋ ਧੀਆਂ ਪੁੱਤਰ ਮਾਪੇ ਅਰਦਾਸਾਂ ਕਰ ਕਰਕੇ ਦਹਿਲੀਜਾਂ 'ਤੇ ਨੱਕ ਗੋਡੇ ਰਗੜ, ਮਹਾਰਾਜ ਇੱਕ ਪੁੱਤਰ ਦੇ ਦੇ, ਇੱਕ ਬੱਚਾ ਦੇ ਦੇ, ਕਰਦੇ ਹਾਂ ਕਿ ਨਹੀਂ? ਅਰਦਾਸਾਂ ਕਰਦੀ ਸੀ ਉਹੀ ਮਾਂ ਇੰਨਾ ਕੁਝ ਕਰਕੇ, ਪਰ ਅੱਜ ਜਦੋਂ ਪੁੱਤਰ ਨੇ ਬੁੱਢੀਏ ਫਲਾਣੀਏ ਧੱਕਾ ਮਾਰਿਆ ਕਈ ਕੁਝ ਕੀਤਾ, ਤੇ ਉਦਣ ਉਸੇ ਮਾਂ ਦੇ ਮੁੱਖ ਤੋਂ ਨਿਕਲਦਾ ਹੈ ਇਹਦੇ ਨਾਲੋਂ ਤੇ ਤੂੰ ਨਾ ਜੰਮਦੋਂ ਮੈਂ ਵੈਸੇ ਚੰਗੀ ਸੀ। ਲਿਆ ਸੁੱਖ ਦੀ ਕਹਾਣੀ ਕਰਕੇ ਸੀ, ਪਰ ਜੋ ਉਹਦੇ ਤੋਂ ਕਾਮਨਾ ਕੀਤੀ ਸੀ ਉਹ ਮਿਲਿਆ ਨਹੀਂ, ਦੁਖਦਾਈ ਹੋ ਗਿਆ। ਔਰ ਬਹੁਤਾਤ ਵਿੱਚ ਅੱਜ ਇਹ ਹਾਲਤ ਆ, ਸਮਾਂ ਨਹੀਂ ਆਪਾਂ ਇਹਦਾ ਵਿਸਥਾਰ ਕਰੀਏ। ਕਹਿੰਦੇ ਉਹ ਸਦਾ ਹੀ ਸੁਖਦਾਤਾ, ਉਹ ਮਾਲਕ ਜਿਹੜਾ ਹੈ ਸਦਾ ਹੀ ਸੁਖਦਾਤਾ, ਉਹਦੇ ਦਰ 'ਤੇ ਜਿੱਦਣ ਵੀ ਅਰਜੋਈ ਕਰੀਏ ਬੇਨਤੀ ਕਰੀਏ, ਉਹਦੇ ਘਰ ਦੇ ਵਿੱਚੋਂ ਸਦਾ ਹੀ ਸੁੱਖ ਦੀਆਂ ਦਾਤਾਂ ਮਿਲਦੀਆਂ ਨੇ। ਇਸੇ ਕਰਕੇ ਸਰਬ ਸੁੱਖਾਂ ਕਾ ਦਾਤਾ ਸਤਿਗੁਰ
ताकी शरणी पाई है। महाराज कहिंदे उह सदा ही सुख देवण वाला है। सब को तुम ही ते वरसावै अवसर करो हमारा पूरा जियो। सब को तुम ही ते वरसावै, जिवें आपां कहिंदे जी फलाने तो वरोस आए होए, पर कहिंदे महाराज सब नूं इह रहमतां बख्शिशां है सब तेरे तो वरसाए होए ने। ਇਹ ਕਿਸੇ ਇਨਸਾਨ ਦੇ ਵਰਸਾਏ ਹੋਏ ਨਹੀਂ ਹੈ। ਸਭ ਜਿਹੜੇ ਜਿਨ੍ਹਾਂ ਦੀ ਤ੍ਰਿਪਤੀ ਤੇਰੇ ਤੋਂ ਹੁੰਦੀ ਤੂੰ ਵਰਸਾਵੇਂ, ਤੂੰ ਰਹਿਮਤ ਕਰੇ ਤੇ ਤਾਂ ਹੀ ਜਿਹੜਾ ਹੈ ਜੀਵਨ ਦਾ ਪ੍ਰਯੋਜਨ। ਅਵਸਰ ਕਰੋ, ਅਵਸਰ ਦਾ ਅਰਥ ਵੈਸੇ ਸਮਾਂ ਹੁੰਦਾ ਹੈ। ਇਹੀ ਤੇਰਾ ਅਵਸਰ, ਇਹ ਤੇਰੀ ਵਾਰ, ਇਹ ਅਵਸਰ ਦਾ ਅਰਥ ਹੁੰਦਾ ਸਮਾਂ। ਇੱਥੇ ਅਵਸਰ ਦਾ ਅਰਥ ਕਰੋ ਹਮਾਰਾ ਪੂਰਾ, ਭਾਵ ਕਿ ਜੋ ਇਹ ਸਮਾਂ ਮਿਲਿਆ ਮਨੁੱਖਾ ਧਨ ਦਾ, ਇਹਦਾ ਪ੍ਰਯੋਜਨ ਕੀ ਆ, ਅਸੀਂ ਸੰਸਾਰ ਤੇ ਕਿਉਂ ਆਏ ਹਾਂ, ਇਹ ਤਨ ਕਿਉਂ ਮਿਲਿਆ ਹੈ। ਮਹਾਰਾਜ ਕਿਰਪਾ ਕਰੋ ਇਹ ਮਕਸਦ ਪੂਰਾ ਹੋ ਜਾਏ। ਕਿਤੇ ਜਿਹੜਾ ਮਿਲਿਆ ਹੋਇਆ ਸਮਾਂ, ਮਿਲਿਆ ਹੋਇਆ ਸਰੀਰ, ਜਿਸ ਕਾਰਜ ਵਾਸਤੇ ਮਿਲਿਆ ਸੀ, ਕਿਤੇ ਐਸਾ ਨਾ ਹੋਵੇ ਉਹ ਕਾਰਜ ਉੱਥੇ ਦਾ ਉੱਥੇ ਹੀ ਰਹਿ ਜਾਏ, ਇਹ ਸਮਾਂ ਵੀ ਲੰਘ ਜਾਏ, ਇਹ ਵਕਤ ਵੀ ਗੁਜ਼ਰ ਜਾਏ ਅਤੇ ਇਹ ਤਨ ਜਿਹੜਾ ਹੈ ਇਹ ਬਿਰਥਾ ਚਲਾ ਜਾਏ ਜਿਹੜਾ ਮਿਲਿਆ ਹੋਇਆ ਹੈ, ਤੋ ਇਹ ਸਫਲਾ ਹੋ ਸਕੇ। ਮਹਾਰਾਜ ਕਹਿੰਦੇ ਸਰੀਰ ਜਿਹੜਾ ਹੈ, ਮਿਲੀ ਹੋਈ ਵਾਰੀ, ਜਿਹਨੂੰ ਮਹਾਰਾਜ ਕਹਿੰਦੇ ਬੀਤ ਜੈ ਹੈ, ਬੀਤ ਜੈ ਹੈ ਜਨਮ ਅਕਾਜਰੇ, ਵਿਅਰਥ ਜਿਹੜਾ ਜਾ ਰਿਹਾ ਹੈ। ਮਹਾਰਾਜ ਕਹਿੰਦੇ ਸਫਲਾ ਹੋ ਸਕਦਾ ਹੈ ਜਦੋਂ ਉਸ ਮਾਲਕ ਦੀ ਇਬਾਦਤ ਦੇ ਵਿੱਚ, ਉਹਦੀ ਬੰਦਗੀ ਦੇ ਵਿੱਚ ਜੁੜਿਆ। ਕਹਿੰਦੇ ਉਹਦੇ ਤੋਂ ਬਗੈਰ ਸਭ ਕੁਝ ਨਿਰਾਰਥ ਹੈ, ਜਿੰਨਾ ਕੁਝ ਹੈ ਬਿਨ ਹਰ ਸਗਲ ਨਿਰਾਰਥ ਕਾਮ। ਕਹਿੰਦੇ ਉਸ ਮਾਲਕ ਦੇ ਨਾਮ ਤੋਂ ਬਗੈਰ, ਉਹਦੀ ਇਬਾਦਤ ਤੋਂ ਬਗੈਰ ਸਭ ਕੁਝ ਜਿਹੜਾ ਵਿਅਰਥ ਹੈ। ਮਹਾਰਾਜ ਨੇ ਤਾਂ ਕਰਕੇ ਇੱਕ ਗੁਰਬਾਣੀ ਵਿੱਚ ਸ਼ਬਦ ਹੋਰ ਆਪ ਜੀ ਸਮਝਣਾ, ਮਹਾਰਾਜ ਨੇ ਬੋਲ ਵਰਤਿਆ। ਅਸੀਂ ਜਦੋਂ ਗੁਰਬਾਣੀ ਅੰਦਰ ਇਹ ਬਚਨ ਪੜ੍ਹਦੇ ਹਾਂ ਨਾ, ਤਾਂ ਕਈ ਵਾਰ ਭੁਲੇਖਾ ਲੱਗ ਜਾਂਦਾ। ਕਹਿੰਦੇ ਜੀ ਮਹਾਰਾਜ ਆਖਦੇ ਨੇ ਬਈ ਬਾਕੀ ਜਿੰਨੇ ਕੰਮ ਆ ਨਾ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਇਹ ਜਿਹੜਾ ਨਿਰਾਫਲ ਕਾਮਾਂ ਦਾ ਮਤਲਬ ਇਹ ਨਹੀਂ ਆ ਵੀ ਜਿਹੜੀ ਤੂੰ ਕਿਰਤ ਕਰ ਰਿਹਾ ਇਹਨੂੰ ਆਖ ਦਿੱਤਾ ਨਹੀਂ ਫਲਿਆ, ਨਹੀਂ। ਕਹਿੰਦੇ ਨਾਮ ਨੂੰ ਛੱਡ ਕੇ ਤੂੰ ਆਖੇ ਮੈਂ ਤੀਰਥਾਂ 'ਤੇ ਜਾ, ਮੈਂ ਫਲਾਣੀ ਥਾਂ 'ਤੇ ਨਹਾ ਲਵਾਂ, ਫਲਾਣੀ ਥਾਂ 'ਤੇ ਟੂਣਾ ਕਰ ਲਾਂ, ਉਹਨੂੰ ਮੱਥਾ ਟੇਕ ਲਾਂ, ਆਹ ਕਰ ਲਾਂ, ਇਬਾਦਤ ਤੋਂ ਬਗੈਰ ਜਿਹੜੇ ਕਰਮ ਕਾਂਡ ਨੇ ਵਿਅਰਥ ਹੋ ਕੇ ਰਹਿ ਜਾਣੇ। ਇਸੇ ਕਰਕੇ ਆਖਿਆ ਅਵਸਰ ਕਰੋ ਹਮਾਰਾ ਪੂਰਾ ਜੀਓ। ਇਹ ਜੀਵਨ ਦਾ, ਮਨੁੱਖਾ ਤਨ ਦਾ, ਇਨਸਾਨੀ ਜਾਮੇ ਦਾ ਮਕਸਦ ਮਹਾਰਾਜ ਤਾਂ ਹੀ ਪੂਰਾ ਹੋਵੇ ਜੇ ਤੁਸੀਂ ਆਪਣੀ ਇਬਾਦਤ ਦੀ ਦਾਤ ਦੇਣਾ ਕਰੋ। ਦਰਸ਼ਨ ਤੇਰਾ ਭਵਨ ਪੁਨੀਤਾ ਆਤਮਗੜ ਵਿਖਮ ਤਿਨਾ ਹੀ ਜੀਤਾ। ਕਹਿੰਦੇ ਤੇਰੇ ਦੀਦਾਰਾਂ ਦੇ ਨਾਲ ਇਹ ਭਵਨ ਘਰ, ਹਿਰਦਾ ਰੂਪੀ ਘਰ ਜਿਹੜਾ ਹੈ ਇਹ ਪੁਨੀਤ ਹੋ ਜਾਂਦਾ, ਪਵਿੱਤਰ। ਤੇ ਮਾਲਕ ਜੀ ਜਿਨ੍ਹਾਂ ਨੇ ਤੇਰੇ ਚਰਨਾਂ ਨਾਲ ਜੁੜਨਾ ਕੀਤਾ, ਤੇਰੀ ਇਬਾਦਤ ਵਿੱਚ ਜੁੜੇ ਆ, ਆਤਮਗੜ, ਗੜ ਕਹਿੰਦੇ ਕਿਲੇ ਨੂੰ, ਕਹਿੰਦੇ ਇਹ ਕਿਲਾ ਵੀ ਜਿਹੜਾ ਨਾ ਆਤਮਗੜ, ਇਸ ਕਿਲੇ ਨੂੰ ਵੀ ਉਹਨਾਂ ਨੇ ਫਤਿਹ ਪ੍ਰਾਪਤ ਕਰਨੀ ਕੀਤੀ। ਭੈਰੋ ਰਾਗ ਵਿੱਚ ਭਗਤ ਕਬੀਰ ਜੀ ਹੋਣਾ ਦਾ ਸ਼ਬਦ ਹੈ, ਉਹ ਕਹਿੰਦੇ ਕਿਉਂ ਲੀਜੈ ਗੜ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ, ਪਾਂਚ ਪੱਚੀਸ ਮੋਹ ਮਦ ਮਤਸਰ, ਆਡੀ ਪ੍ਰਬਲ ਮਾਇਆ, ਜਨ ਗਰੀਬ ਕੋ ਜ਼ੋਰ ਜ਼ੋਰ ਨਾ ਪਹੁੰਚੈ, ਕਹਾਂ ਕਰੋ ਰਗੁਰਾਇਆ। ਕਹਿੰਦੇ ਨਹੀਂ ਜਿੱਤਿਆ ਜਾਂਦਾ, ਇਹਦਾ ਰਾਜਾ ਕੌਣ ਹੈ, ਮਨ, ਇਹਦੇ ਵਿੱਚ ਸਰੀਰ ਵਿੱਚ ਮਨ ਰਾਜਾ ਹੈ, ਇਹਦੀ ਮਰਜ਼ੀ ਚੱਲਦੀ ਹੈ। ਕਹਿੰਦੇ ਇਹਨੂੰ ਪਕੜਨਾ ਆਕੀ ਹੋ ਕੇ ਬੈਠਾ ਨਹੀਂ ਮੰਨਦਾ, ਪਰ ਅਖੀਰ 'ਤੇ ਕਹਿੰਦੇ ਨੇ ਭਗਵਤ ਭੀਰ ਸ਼ਕਤ ਸਿਮਰਨ ਕੀ, ਕਟੀ ਕਾਲ ਪੈ ਫਾਸੀ, ਦਾਸ ਕਮੀਰ ਚੜ੍ਹਿਓ ਗੜ ਉੱਪਰ, ਰਾਜ ਲਿਓ ਅਵਿਨਾਸ਼ੀ। ਕਹਿੰਦੇ ਇਹਨੂੰ ਜਿੱਤ ਲਿਆ, ਪਰ ਜਿੱਤਿਆ, ਇੱਕ ਤੁਸੀਂ ਦਸਮ ਪਾਤਸ਼ਾਹ ਦਾ ਬਚਨ ਪੜ੍ਹੋਗੇ, ਖਾਲਸਾ ਸੋ ਜੋ ਚੜ੍ਹੈ ਤੁਰੰਗ, ਖਾਲਸਾ ਸੋ ਜੋ ਕਰੈ ਨਿੱਤ ਜੰਗ। ਹੁਣ ਇਹਦਾ ਅਰਥ ਕੀ ਹੈ, ਹੁਣ ਨਿੱਤਾਂ ਪ੍ਰਤੀ ਜੰਗ ਆਪਾਂ ਬਾਹਰ ਤਾਂ ਕਰ ਨਹੀਂ ਸਕਦੇ, ਵੀ ਜਾਂ ਤਾਂ ਰੋਜ਼ ਗੁਆਂਢੀ 'ਤੇ ਗੱਲ ਪੈ ਰਹੀ ਹੈ ਫਿਰ ਗੱਲ ਬਣਦੀ ਹੈ, ਇਹ ਤਾਂ ਜੰਗ ਨਹੀਂ ਨਾ। ਇਹ ਕਿਹੜਾ ਜੰਗ ਆ, ਅੰਦਰ ਯੁੱਧ ਚੱਲਣਾ ਹੈ ਆਪਣੇ ਵਿਕਾਰਾਂ ਨਾਲ। ਪਹਿਲੇ ਲੋਕ ਤਾਂ ਸਵੇਰੇ ਸਵੇਰੇ ਕਈ ਤਾਂ ਜੰਗ ਹਾਰ ਜਾਂਦੇ ਆ, ਬਿਸਤਰੇ 'ਚ ਹੀ ਨੀਂਦਰ ਹੀ ਹਰਾ ਦਿੰਦੀ ਹੈ, ਅੰਮ੍ਰਿਤ ਵੇਲਾ ਖੁੰਝ ਗਿਆ, ਪਹਿਲੀ ਲੜਾਈ ਹਾਰ ਗਿਆ ਬੰਦਾ, ਲਾਰਮ ਲਾ ਕੇ ਚੰਗਾ ਭਲਾ ਸੁੱਤਾ ਨਹੀਂ ਉੱਠਿਆ ਗਿਆ। ਇਹ ਮਹਾਰਾਜ ਕਹਿੰਦੇ ਜੰਗ ਕਰਨਾ ਇਹਨਾਂ ਦੇ ਨਾਲ, ਅਤੇ ਜਿਨ੍ਹਾਂ ਨੂੰ ਅੰਦਰ ਜੰਗ ਕਰਨ ਦੀ ਜਾਚ ਆ ਜਾਂਦੀ ਬਾਹਰਲੀਆਂ ਲੜਾਈਆਂ ਤੋਂ ਬਚ ਜਾਂਦੇ। ਤੁਰੰਗ ਇਸ ਮਨ ਦੇ ਉੱਤੇ ਕਹਿੰਦੇ ਜਿਹੜਾ ਹੈ ਤੂੰ ਆਪਣੀ ਸਵਾਰੀ ਕਰ, ਇਹਦੇ ਉੱਤੇ ਸਵਾਰ ਹੋ, ਇਸ ਜੰਗ ਨੂੰ ਜਿੱਤਣ ਵਾਲਾ, ਇਹ ਤੇਰੇ ਜੀਵਨ ਦੀ ਜੰਗ ਜਿਹੜੀ ਹੈ ਇਹਨੂੰ ਜਿੱਤਣਾ। ਕਹਿੰਦੇ ਗੜ ਉਹਨਾਂ ਨੇ ਫਤਿਹ ਕੀਤਾ ਜਿਹੜੇ ਤੇਰੇ ਚਰਨਾਂ ਨਾਲ ਤੇਰੇ ਪਿਆਰਿਆਂ ਦੀ ਸੰਗਤ ਕਰਦਿਆਂ ਜੁੜੇ ਹੋਏ ਹਨ। ਤੁਮ ਦਾਤੇ ਤੁਮ ਪੁਰਖ ਵਿਧਾਤੇ
तुद जेवड़ अवर न सूरा जियो। केंदे मालक तुम दाते तुम पुरख विदाते तुद जेवड़ अवर न सूरा जियो। सूरा सूरमा केंदे तुसी दाते हो पुरख रम्या होया विदाते सब दी प्रतपालना करन वाले सब दे मालक को नाल कह दिता तुहाडे वर्गा सूरमा कोई नहीं जोधा कोई नहीं। एक जोधे बारी तौर ते हुंदे आ शरीरक बल वाले एक अंदर दे जोधे जिन्हों आख्या जाको हर रंग लागो इस जुग में सो कहीत है सूरा। महाराज ने कृपा कीती संत ते सिपाही मीरी ते पीरी ये जिहड़ियां दातां दित्तियां ना ये बख्शिश कीती उत्थे महाराज ने कहा जे शस्त्र दिता है अंदर दा जोधा नहीं होएगा ते बाहर मजलूम दे उत्ते वार करेंगा शस्त्र नाल। जे अंदर दा भी जोधा होएगा तेरी उन्हां विकारां दे उत्ते पकड़ होएगी तू अपने इंद्रियां दे उत्ते जिहड़ा सवार होया है इन्हां नूं जित्तण वाला है अपना जीवन जित्ते है। महाराज कहिंदे ने तू एक दिन उस मालक दे घर दे विच भी नहीं तां कहिंदे जगत दे जेतू संसार दे जेतू मालक दे दर ते जाके जीवन हार जांदे ने। उहदे वर्गा सूरमा कोई नहीं उहदे वर्गा जोधा कोई नहीं क्योंकि वह योधा है वह सूरमा है। महाराज कहिंदे तेरे वर्गा सूरमा भी कोई नहीं मालक जी सब तेरे तो बल लैण वाले ने सब तेरे ही दिते बल दा सदका है संसार दे विच जिन्ना भी बल है गावे को तान होवे किसै ताने तान तेरा ही है बल तेरा ही है। कहिंदे मालक जी रेन संतन की मेरा मुख लागी मालक जी कृपा कीती तुसी बख्शिश कीती है रब दे प्यारियां दी चरण धूड़ मेरे मुख मेरे मस्तक नूं जेड़ा प्राप्त होवे ऐसी दात तुसी करनी कीती है। दुर्मत बिनसी कुबुद्ध अभागी उहदे नाल होया कि दुर्मत बिनस गई दुर्मत भैड़ी मत ते महाराज कहिंदे भैड़ी मत वाला करदा की है जिहदे कोले भैड़ी मत होवे सतगुरां दा शब्द है मन रे कौन कुमत तै लीनी ते ओ कुमत वाले दी निशानी की पर दारा निंदिया रस रचियो राम भगत ने कहिंदे इन्हां कर्मां विच ओ गवाचा होया है मालक दी इबादत विच नहीं जुड़ सकिया बंदगी विच नहीं जुड़ सकिया। कहिंदे ओ गुरु दी रहमत नाल जदों चंगे लोगां दी रब दे प्यारियां दी संगत होई दुरमत बिनसी भैड़ी मत नस गई कबुद्ध कबुद्ध जिहड़ी सी इक बुद्ध है ते बुद्ध दा दाता भी गुरु है उहदे कोले मंगणा है मालक जी मत सुमत तेरे वस सुमामी। कहिंदे ओ भैड़ी मत नूं साडी मत नूं गवा के अभागी दा अर्थ है भागी जिहड़ा उपसर्ग करके आया। कहिंदे हुण नस गई जिद्दण उस मालक ने अपनी रहमत किरपा कीती मैं गुरु दी मत दा अख्तियारी हो गया। हां सच घर वैस रहे गुण गाए नानक बिन से कूरा जियो। कहिंदे हुण सच घर बैस रहे गुण गाए सच्चे सच दे घर सत संगत दे सत संगत सत दा अर्थ ही सच है सत दी संगत कीती उस घर विच उस अवस्था विच उस जीवन दे विच उस मालक दे गुण गाए ते जिथे सत आ गया कहिंदे उत्थे कूड़ दा नाश हो गया विकार औगुण वह सब कुछ नस गया जिन्हों आख्या नस वंजो किल विखो करता घर आया मालक घर आ गया जिथों इन्हां चीज़ां दा नसेवा हो गया खत्म हो गया। पर महाराज कहिंदे जिथों बेनती आरंभ कीती सी चंगे भले पुरशां दी संगत जिहड़ी है चंगे लोगों की संगत करके कहिंदे जीवन विच रंगत चढ़ी है इस करके मालक ने सानू दात दित्ती किरपा कीती कि मेरे माधव जी सत संगत मिले सो तरिया। ते महाराज कहिंदे सत संगत प्राप्त किन्हां नूं हुंदी है महाराज कहिंदे जिन्हां दे वड्डे भाग होण जिन्हां दे विण भागां सत संग न लब्भै विण संगत मैल जीवन विकारां दा अड्डा बन जांदा है इसे करके भले पुरशां दी गुरमुखां दी गुरु दी संगत जिहड़ी है ओह सानूं प्राप्त होवे जिहदे नाल साडे अंदर वी इह मंग उठे उस मालक दे दर तों नाम दी दात इह मंग करिए ਉਹ ਦਾਤਾ ਜਿੱਦਣ ਤਰੁੱਠਦਾ ਹੈ ਕਿਰਪਾ ਦੇ ਘਰ ਵਿੱਚ ਆਉਂਦਾ ਹੈ ਫਿਰ ਉਹ ਝੋਲੀਆਂ ਭਰਦਾ ਹੈ ਅਤੇ ਜਿਸ ਜੀਵਨ ਦੇ ਵਿੱਚ ਉਹਨੇ ਇਹ ਦਾਤ ਦੇ ਦਿੱਤੀ ਉੱਥੇ ਫਿਰ ਕਿਸੇ ਚੀਜ਼ ਦੀ ਕਮੀ ਨਹੀਂ ਰਹਿ ਜਾਂਦੀ। ਤੋ ਗੁਰੂ ਰਹਿਮਤ ਕਰੇ ਸਾਡੇ ਜੀਵਨ ਵਿੱਚੋਂ ਜਿੱਥੇ ਅਸੀਂ ਮੰਗ ਕਰਦੇ ਹਾਂ ਫਲਾਣਾ ਮਿਲ ਪਵੇ ਉਹ ਮਿਲ ਪਵੇ ਰੋਜ਼ ਅਰਦਾਸ ਵਿੱਚ ਸਮਾਪਤੀ ਕਰਾਂ ਰੋਜ਼ ਅਰਦਾਸ ਵਿੱਚ ਅਖੀਰ 'ਤੇ ਕਹਿੰਦੇ ਹਾਂ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਇਹੋ ਜਿਹੇ ਗੁਰਮੁਖਾਂ ਦਾ ਮਿਲਾਪ ਕਰਾਂ ਜਿਨ੍ਹਾਂ ਦੇ ਮੇਲ ਨਾਲ
तेरा नाम चेत आवे ते की फिर जीवन दा परपज की बन जाए नानक नाम चढ़ दी कला सरबत दा होइयां पुल्लां ना चितारनियां खिमा कर देनियां गुरु की बाणी गुरु के शब्द नूं विचारदियां गुरु के बचन सांझे करदियां नेकां भुल्लां होइयां ने आओ पंक्तियां नूं दुबारा दोहरा के फतेह बुलाईए जी रेन संतन की मेरा मुख लागी दुरमत बिनसी को बुद्ध अपागी सच कर वैस रहे गुण गाए नानक बिन से कूरा जियो वाहे गुरु जी का खालसा वाहे गुरु जी की फतेह करिए गोर विचार Ready?